ਸਤਿ ਸ੍ਰੀ ਅਕਾਲ, ਮੈਂ ਪਰਵਿੰਦਰ ਸਿੰਘ, ਅਨਮਿਊਟ ਤੇ ਤੁਹਾਡਾ ਸਵਾਗਤ ਹੈ। ਲੋਕ ਸਭਾ ਚੋਣਾਂ 2024 ਚੱਲ ਰਹੀਆਂ ਨੇ, ਬਸ 2 ਦਿਨ ਬਾਕੀ ਨੇ। ਪੰਜਾਬ ਦੇ ਵਿੱਚ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਦੇਸ਼ ਭਰ ਦੇ ਵਿੱਚ ਨਤੀਜੇ ਐਲਾਨ ਦਿੱਤੇ ਜਾਣਗੇ। ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ 'ਚ ਕਿਹੋ ਜਿਹਾ ਮਾਹੌਲ ਹੈ, ਅਸੀਂ ਨਿਤ ਦਿਨ ਹੀ ਇਸਦਾ ਜ਼ਿਕਰ ਵੀ ਕਰਦੇ ਹਾਂ ਅਤੇ ਚਰਚਾ ਵੀ ਕਰਦੇ ਹਾਂ। ਅੱਜ ਗੱਲ ਕਰਾਂਗੇ ਜਲੰਧਰ ਲੋਕ ਸਭਾ ਹਲਕੇ ਦੀ। ਜਲੰਧਰ ਲੋਕ ਸਭਾ ਹਲਕੇ ਤੋਂ ਕਿਹੜਾ ਉਮੀਦਵਾਰ ਜੇਤੂ ਹੋ ਸਕਦਾ ਹੈ, ਕਿਹੜਾ ਉਮੀਦਵਾਰ ਜਿੱਤ ਦੇ ਨਜ਼ਦੀਕ ਨਜ਼ਰ ਆ ਰਿਹਾ ਹੈ, ਤੁਸੀਂ ਆਪਣੀ ਰਾਏ ਕਮੈਂਟ ਕਰਕੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਮੈਂ ਉਮੀਦਵਾਰਾਂ ਤੋਂ ਤੁਹਾਨੂੰ ਜ਼ਰੂਰ ਜਾਣੂ ਕਰਵਾ ਦਿੰਦਾ, ਹਾਲਾਂਕਿ ਸਾਰੇ ਪੰਜਾਬ ਨੂੰ ਉਮੀਦਵਾਰਾਂ ਬਾਰੇ ਹੁਣ ਜਾਣਕਾਰੀ ਹੋ ਹੀ ਗਈ ਹੋਣੀ ਹੈ। ਇੱਕ ਪਾਸੇ ਨੇ ਸੁਸ਼ੀਲ ਕੁਮਾਰ ਰਿੰਕੂ ਬੀਜੇਪੀ ਦੇ ਵੱਲੋਂ ਨੇ, ਦੂਜੇ ਪਾਸੇ ਪਵਨ ਕੁਮਾਰ ਟੀਨੂ ਨੇ ਜੋ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਨਾਲ ਦੀ ਨਾਲ ਚਰਨਜੀਤ ਸਿੰਘ ਚੰਨੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਵੱਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਜਾ ਰਹੇ ਨੇ, ਨਾਲ ਦੀ ਨਾਲ ਮਹਿੰਦਰ ਸਿੰਘ ਕੇਪੀ ਨੇ ਜੋ ਮਹਿੰਦਰ ਕੇਪੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਤੇ ਨਾਲ ਹੀ ਬਲਵਿੰਦਰ ਕੁਮਾਰ ਨੇ ਬਸਪਾ ਦੇ ਉਮੀਦਵਾਰ ਜੋ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਨੇ। ਤਾਂ ਇਹ ਉਹ ਹਲਕਾ ਹੈ ਜਿੱਥੇ ਕਾਂਗਰਸ ਦਾ ਲੰਬਾ ਸਮਾਂ ਦਬਦਬਾ ਰਿਹਾ ਹੈ। ਲਗਭਗ 15 ਵਾਰੀ ਹੁਣ ਤੱਕ ਕਾਂਗਰਸ ਨੇ ਇਸ ਲੋਕ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਅਤੇ ਇਹਨਾਂ ਦੇ MP ਪਾਰਲੀਮੈਂਟ ਪਹੁੰਚਦੇ ਰਹੇ। ਜੇਕਰ ਪਿਛਲੀਆਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ, ਜ਼ਿਮਨੀ ਚੋਣ ਦੀ ਗੱਲ ਕੀਤੀ ਜਾਵੇ ਜਲੰਧਰ ਦੀ, ਤਾਂ ਇੱਥੇ ਸੁਸ਼ੀਲ ਕੁਮਾਰ ਰਿੰਕੂ ਯਾਨੀ ਕਿ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਸੀ। ਹਾਲਾਂਕਿ ਆਮ ਆਦਮੀ ਪਾਰਟੀ ਦੇ ਇਸ ਉਮੀਦਵਾਰ ਨੇ ਜਿੱਤ ਤੋਂ ਬਾਅਦ ਭਾਜਪਾ ਚੜ੍ਹ ਦਾ ਫੈਸਲਾ ਕੀਤਾ ਅਤੇ BJP ਦੇ ਵਿੱਚ ਚਲੇ ਗਏ। ਤਾਂ ਹੁਣ BJP ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਦੀ ਥਾਂ ਉੱਤੇ ਪਵਨ ਕੁਮਾਰ ਟੀਨੂ ਜੋ ਅਕਾਲੀ ਦਲ ਦੇ ਉਮੀਦਵਾਰ ਨੇ, ਅਕਾਲੀ ਦਲ ਦੇ ਆਗੂ ਸੀ, ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ, ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਇਸੇ ਤਰ੍ਹਾਂ ਮਹਿੰਦਰ ਕੇਪੀ ਨੇ ਜੋ ਉਹ ਵੀ ਕਾਂਗਰਸ ਨਾਲ ਜੁੜੇ ਹੋਏ ਸੀ, ਉਹਨਾਂ ਨੇ ਵੀ ਪਾਰਟੀ ਛੱਡੀ ਅਤੇ ਅਕਾਲੀ ਦਲ 'ਚ ਸ਼ਾਮਿਲ ਹੋਏ। ਅਕਾਲੀ ਦਲ ਨੇ ਉਹਨਾਂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ। ਤਾਂ ਲਗਭਗ ਜਿਹੜੇ ਇਹਨਾਂ ਦੇ ਵਿੱਚ ਉਹ ਆਗੂ ਨੇ, 3 ਆਗੂ ਨੇ, ਉਹ ਦਲ ਬਦਲ ਕੇ ਆਏ ਹੋਏ ਨੇ। ਜੇਕਰ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਲੰਬਾ ਸਮਾਂ ਕਾਂਗਰਸ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ, ਲੰਬਾ ਸਮਾਂ ਹੋ ਚੁੱਕਿਆ ਉਹਨਾਂ ਨੂੰ ਕਾਂਗਰਸ ਦੇ ਵਿੱਚ ਆਇਆਂ ਨੂੰ। ਤਾਂ ਉਹ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ, ਹਾਲਾਂਕਿ ਥੋੜਾ ਸਮਾਂ ਹੀ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਕੰਮ ਕਰਨ ਦਾ ਮਿਲਿਆ, ਪਰ ਉਸ ਸਮੇਂ ਦੌਰਾਨ ਜੋ ਉਹਨਾਂ ਨੇ ਕੰਮ ਕੀਤੇ ਉਹ ਜ਼ਰੂਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਐਤਕੀ ਜਲੰਧਰ ਦੇ ਵਿੱਚ ਕਿਸਦੀ ਹਵਾ ਹੈ, ਜਲੰਧਰ ਵਿੱਚ ਕੌਣ ਜਿੱਤ ਦੇ ਕਾਬਲ ਹੈ, ਉਹ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਸਾਡੇ ਨਾਲ ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਸਾਡੇ ਨਾਲ ਸਾਡੇ ਸਹਿਯੋਗੀ ਰਵੀ ਸੰਗਰਾਹੂਰ ਜੁੜੇ ਨੇ, ਉਹਨਾਂ ਤੋਂ ਤਮਾਮ ਜਾਣਕਾਰੀ ਲੈ ਲੈਂਦੇ ਹਾਂ। ਉੱਥੋਂ ਦੇ ਸਿਆਸੀ ਸਮੀਕਰਨ ਕੀ ਨੇ, ਉੱਥੋਂ ਦੇ ਹਾਲਾਤ ਕੀ ਨੇ, ਕਿਹੜਾ ਉਮੀਦਵਾਰ ਜਿੱਤ ਦੇ ਨਜ਼ਦੀਕ ਨਜ਼ਰ ਆ ਰਿਹਾ ਹੈ। ਹਾਲਾਂਕਿ ਚੋਣ ਨਤੀਜੇ ਨੇ ਜਿਹੜੇ ਉਹੀ ਸਭ ਕੁਝ ਸਪਸ਼ਟ ਕਰਨਗੇ ਕੌਣ ਜਿੱਤਦਾ ਹੈ, ਕੌਣ ਹਾਰਦਾ। ਪਰ ਉਸ ਤੋਂ ਪਹਿਲਾਂ ਜੋ ਕਿਆਸ ਰਾਈਆਂ ਲਗਾਈਆਂ ਜਾਂਦੀਆਂ ਨੇ ਜਾਂ ਸਿਆਸੀ ਸਮੀਕਰਨ ਹੁੰਦੇ ਨੇ, ਉਹਨਾਂ ਨੂੰ ਦੇਖ ਕੇ ਜੋ ਅੰਦਾਜ਼ਾ ਲਗਾਇਆ ਜਾਂਦਾ, ਉਸ ਬਾਰੇ ਅਸੀਂ ਜਾਣਕਾਰੀ ਸਾਂਝੀ ਕਰਦੇ ਹਾਂ ਸਾਡੇ ਸਹਿਯੋਗੀ ਰਵੀ ਸੰਗਰਾਹੂਰ ਨਾਲ। ਰਵੀ, ਕੀ ਸਥਿਤੀ ਹੈ ਇਸ ਵੇਲੇ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ? ਰਿਜ਼ਰਵ ਹਲਕਾ ਵੀ ਹੈ, ਦਲਿਤ ਵੋਟ ਬੈਂਕ ਵੀ ਬਹੁਤ ਹੈ, ਤੁਹਾਡੇ ਮੁਤਾਬਿਕ ਐਤਕੀ ਜਿੱਤ ਦੇ ਨੇੜੇ ਕੌਣ ਨਜ਼ਰ ਆ ਰਿਹਾ ਹੈ? ਮੈਨੂੰ ਇਹ ਲੱਗ ਰਿਹਾ ਕਿ ਥੋੜਾ ਜਲਦੀ ਹੋਏਗਾ, ਪਰ ਜੇਕਰ ਆਪਾਂ ਅਨੈਲਿਸਿਸ ਤੁਸੀਂ ਵੀ ਕਾਫੀ ਡਿਟੇਲ ਦੇ ਵਿੱਚ ਦਿੱਤਾ ਕਿ ਕੌਣ ਕੌਣ ਕਿੱਥੋਂ ਕਿੱਥੋਂ ਕਿਹੜੀ ਕਿਹੜੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਆ ਕੇ ਉਮੀਦਵਾਰ ਬਣਦਾ, ਤਾਂ ਇਹ ਚੀਜ਼ਾਂ ਸਾਰੀਆਂ ਮਾਇਨੇ ਰੱਖਦੀਆਂ। ਵੋਟਰ ਤੱਕ ਇਹ ਮੈਸੇਜ ਪਹੁੰਚਦਾ ਸਿੱਧੇ ਤੌਰ ਤੇ ਕਿ ਕੌਣ ਕਿਸ ਮਕਸਦ ਨਾਲ ਪਾਰਟੀ ਛੱਡ ਰਿਹਾ ਔਰ ਕਿਸ ਮਕਸਦ ਦੇ ਨਾਲ ਦੂਜੀ ਪਾਰਟੀ ਦਾ ਹਿੱਸਾ ਬਣ ਕੇ ਔਰ ਉਮੀਦਵਾਰ ਆ ਰਿਹਾ।
ਜੇਕਰ ਆਪਾਂ ਜਲੰਧਰ ਹਲਕੇ ਦੀ ਗੱਲ ਕਰੀਏ ਤਾਂ ਜਲੰਧਰ ਹਲਕੇ ਦੇ ਵਿੱਚ ਵੱਡਾ ਵੋਟ ਬੈਂਕ ਹੈ ਜਿਹੜਾ ਉਹ ਜਿਹਨੂੰ ਕਹਿ ਲਓ ਕਿ ਐਸ ਸੀ ਵੋਟ ਬਹੁਤ ਜ਼ਿਆਦਾ ਹੈਗੀ, ਔਰ ਉਸ ਨੂੰ ਲੈ ਕੇ ਹੀ ਜਿਹੜੇ ਕੈਂਡੀਡੇਟ ਨੇ ਉਹ ਧਿਆਨ ਦੇ ਵਿੱਚ ਰੱਖ ਕੇ ਉਤਾਰੇ ਜਾਂਦੇ ਆ। ਚਰਨਜੀਤ ਸਿੰਘ ਚੰਨੀ ਦੀ ਜੇਕਰ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਇਸ ਤੋਂ ਪਹਿਲਾਂ ਜਲੰਧਰ ਤੋਂ ਕਦੇ ਵੀ ਚੋਣ ਨਹੀਂ ਲੜੇ, ਔਰ ਇੱਥੋਂ ਪਹਿਲੀ ਵਾਰ ਉਹ ਚੋਣ ਲੜ ਰਹੇ ਆ, ਔਰ ਸਿੱਧੇ ਤੌਰ ਤੇ ਕਾਂਗਰਸ ਦਾ ਇਹ ਕਿਤੇ ਨਾ ਕਿਤੇ ਜ਼ਰੂਰ ਮੰਨਣਾ ਸੀ ਕਿ ਚਰਨਜੀਤ ਸਿੰਘ ਚੰਨੀ ਜਿਹੜਾ ਉੱਥੋਂ ਦਾ ਵੋਟ ਬੈਂਕ ਹੈ, ਖਾਸ ਤੌਰ ਤੇ ਜਿਹੜਾ ਐਸ ਸੀ ਵੋਟ ਬੈਂਕ ਹੈ, ਉਸ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਸਕਦੇ ਆ। ਔਰ ਦੂਜੇ ਪਾਸੇ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਦੀ ਜੇਕਰ ਗੱਲ ਕਰੀਏ ਤਾਂ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਦੇ ਹੀ ਰਹਿਣ ਵਾਲੇ ਆ, ਉੱਥੋਂ ਹੀ ਦੋ ਵਾਰ ਵਿਧਾਇਕ ਵੀ ਬਣਦੇ ਆ, ਔਰ ਉੱਥੋਂ ਹੀ ਇੱਕ ਵਾਰ ਮੈਂਬਰ ਪਾਰਲੀਮੈਂਟ ਵੀ ਚੁਣੇ ਜਾਂਦੇ ਆ। ਔਰ ਜਦੋਂ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਆ ਤਾਂ ਉਸ ਵੇਲੇ ਦੇ ਹਾਲਾਤ ਹੁਣ ਦੇ ਹਾਲਾਤਾਂ ਨਾਲੋਂ ਬਹੁਤ ਜ਼ਿਆਦਾ ਵੱਖਰੇ ਸੀ, ਕਿਉਂਕਿ ਉਸ ਵੇਲੇ ਉਹ ਸੱਤਾ ਸਿਰ ਦਾ ਹਿੱਸਾ ਸੀ, ਔਰ ਸਾਰੀ ਦੀ ਸਾਰੀ ਸਰਕਾਰ ਜਿਹੜੀ ਹੈ ਉਸ ਵੇਲੇ ਜਲੰਧਰ ਦੇ ਵਿੱਚ ਡਿਊਟੀਆਂ ਲੱਗ ਜਾਂਦੀਆਂ, ਔਰ ਵੋਟਰ ਮੈਨ ਟੂ ਮੈਨ ਜਿਹੜੀ ਹੈ ਉਹ ਅਪਰੋਚ ਕੀਤੀ ਜਾਂਦੀ ਹੈ, ਬਹੁਤ ਜ਼ਿਆਦਾ ਬਰੀਕ ਮਾਈਕਰੋਸਕੋਪ ਉਸ ਵੇਲੇ ਸਰਕਾਰ ਦੇ ਵੱਲੋਂ ਲਾਇਆ ਜਾਂਦਾ ਹੈ, ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਉੱਥੋਂ ਜਿੱਤ ਪ੍ਰਾਪਤ ਕਰਦੀ ਹੈ। ਔਰ ਇਸੇ ਤਰ੍ਹਾਂ ਦੇ ਨਾਲ ਹੁਣ ਭਾਜਪਾ ਜਿਹੜੀ ਹੈ, ਭਾਜਪਾ ਦੇ ਵੱਲੋਂ ਹੁਣ ਸੁਸ਼ੀਲ ਕੁਮਾਰ ਜੇਕਰ ਆਏ ਤਾਂ ਇੱਕ ਬਹੁਤ ਵੱਡਾ ਉਹਨਾਂ ਦੇ ਲਈ ਇੱਕ ਚੈਲੰਜ ਜ਼ਰੂਰ ਹੋਏਗਾ ਕਿ ਸੱਤਾ ਧਿਰ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਆ ਕੇ ਸ਼ਾਮਿਲ ਹੋਣਾ ਪੰਜਾਬ ਵਰਗੀ ਸਟੇਟ ਦੇ ਵਿੱਚ ਇੱਕ ਉਹਨਾਂ ਦੇ ਵਾਸਤੇ ਵੱਡੀ ਹਰਡਲ ਹੋਏਗੀ ਵੋਟਰ ਤੱਕ ਅਪਰੋਚ ਕਰਨ ਦੀ। ਔਰ ਜੇਕਰ ਆਪਾਂ ਪਵਨ ਕੁਮਾਰ ਟੀਨੂ ਹੋਰਾਂ ਦੀ ਗੱਲ ਕਰੀਏ ਤਾਂ ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਨੇ, ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ, ਤਾਂ ਆਮ ਆਦਮੀ ਪਾਰਟੀ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਾਰੀ ਦੀ ਸਰਕਾਰ ਰੱਖ ਕੇ ਔਰ ਸਾਰੇ ਮੰਤਰੀ ਸਾਰੇ ਵਿਧਾਇਕ ਔਰ ਤਮਾਮ ਜਿੰਨਾ ਵੀ ਅਮਲਾ ਫੈਲਾ ਸੀ ਉੱਥੇ ਭੇਜ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਾਈ ਇਲੈਕਸ਼ਨ ਜਿੱਤਦੀ ਹੈ। ਤੇ ਹੁਣ ਇਸ ਵੇਲੇ ਕਿਉਂ ਪੂਰੇ ਦੇਸ਼ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤਾਂ ਆਮ ਆਦਮੀ ਪਾਰਟੀ ਉਸ ਤਰੀਕੇ ਪ੍ਰਚਾਰ ਨਹੀਂ ਕਰ ਪਾਏਗੀ ਜਿਸ ਤਰੀਕੇ ਦੇ ਨਾਲ ਬਾਈ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ ਜਾਂ ਲੋਕਾਂ ਤੱਕ ਪਹੁੰਚ ਬਣਾਈ। ਉਹ ਕਹਿ ਰਹੇ ਨੇ ਕਿ 2 ਸਾਲ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟ ਜਿਹੜੀ ਹੈ ਉਹ ਲਈ ਜਾਣੀ ਹੈ, ਤਾਂ ਲੋਕ ਜ਼ਰੂਰ ਦੇਖਣਗੇ ਕਿ 2 ਸਾਲ ਦੇ ਵਿੱਚ ਕੀ ਚੀਜ਼ਾਂ ਚੰਗੀਆਂ ਵਾਪਰੀਆਂ ਕੀ ਨਹੀਂ ਚੰਗੀਆਂ ਵਾਪਰੀਆਂ। ਔਰ ਇਸੇ ਤਰ੍ਹਾਂ ਦੇ ਨਾਲ ਹੁਣ ਜੇਕਰ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਾਈ ਇਲੈਕਸ਼ਨ ਜਿਹੜੀ ਹੈ ਉਹ ਇਕੱਠਿਆਂ ਲੜੀ ਸੀ ਪਰ ਫਿਰ ਵੀ ਜਿੱਤ ਪ੍ਰਾਪਤ ਨਹੀਂ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਕੱਢੀ ਔਰ ਜਿਹੜੇ ਸਿਆਸੀ ਮਾਹਿਰ ਆ ਉਹ ਇਸ ਗੱਲ ਨੂੰ ਮੰਨਦੇ ਆ ਕਿ ਵੋਟ ਪਰਸੈਂਟੇਜ ਵਧਾਉਣ ਦੇ ਵਿੱਚ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਕਾਮਯਾਬ ਹੋ ਸਕਦਾ ਹੈ ਕੁਝ ਹੱਦ ਤੱਕ, ਪਰ ਜੇਕਰ ਆਪਾਂ ਇਹ ਕਹੀਏ ਕਿ ਉਹ ਉੱਥੋਂ ਜੇਤੂ ਸਥਿਤੀ ਦੇ ਵਿੱਚ ਆ ਤਾਂ ਇਹ ਹਾਲੇ ਤੱਕ ਕਹਿਣਾ ਸੰਭਵ ਨਹੀਂ ਹੋਏਗਾ। ਔਰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਇਕੱਲਿਆਂ ਲੜ ਰਿਹਾ ਔਰ ਭਾਰਤੀ ਬਹੁਜਨ ਸਮਾਜ ਪਾਰਟੀ ਵੱਖਰੀ ਲੜ ਰਹੀ ਹੈ। ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਬਹੁਤ ਵੱਡੇ ਪੱਧਰ ਤੇ ਆ ਔਰ ਉਹ ਵੋਟ ਬੈਂਕ ਜਿਹੜਾ ਹੈ ਉਹ ਸਿੱਧੇ ਤੌਰ ਤੇ ਕਾਂਗਰਸ ਨੂੰ ਵੀ ਪ੍ਰਭਾਵਿਤ ਕਰੇਗਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪ੍ਰਭਾਵਿਤ ਕਰੇਗਾ, ਤਾਂ ਤਮਾਮ ਇਹ ਜਿਹੜੇ ਸਰਕਮਸਟਾਂਸਿਸ ਬਣ ਰਹੇ ਨੇ ਉਹਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਆਪਣੇ ਹਲਕੇ ਨੂੰ ਛੱਡ ਕੇ ਜਲੰਧਰ ਦੇ ਵਿੱਚ ਪਹੁੰਚਣਾ ਔਰ ਉੱਥੇ ਜਾ ਕੇ ਚੌਧਰੀ ਪਰਿਵਾਰ ਦੇ ਵੱਲੋਂ ਉਹਨਾਂ ਦਾ ਵਿਰੋਧ ਕਰ ਦੇਣਾ ਔਰ ਆਪ ਭਾਜਪਾ ਵਿੱਚ ਸ਼ਾਮਲ ਹੋ ਕੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਖਿਲਾਫ ਚੱਲਣਾ ਇਹ ਇੱਕ ਵੱਡਾ ਫੈਕਟਰ ਹੋਏਗਾ। ਯਾਨੀ ਸਿੱਧੇ ਤੌਰ ਤੇ ਇਹ ਗੱਲ ਕਹਿ ਲਈਏ ਕਿ ਜੇਕਰ ਆਪਾਂ ਇਹ ਕਹੀਏ ਕਿ ਸਿੱਧਾ ਸਿੱਧਾ ਕੋਈ ਜਿੱਤ ਦਾ ਦਾਅਵੇਦਾਰ ਹੈ ਤਾਂ ਅਜਿਹਾ ਕਹਿਣਾ ਹਾਲ ਦੀ ਘੜੀ ਵਾਜਬ ਨਹੀਂ ਹੋਏਗਾ। ਰਵਿੰਦਰ ਰਵੀ ਇਸ ਚੀਜ਼ ਦਾ ਵੀ ਤਾਂ ਅਸਰ ਹੋਏਗਾ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਪਾਰਟੀ ਛੱਡ ਕੇ ਦੂਜੀ ਪਾਰਟੀ ਚਲੇ ਗਏ ਨੇ, ਲੋਕਾਂ ਦਾ ਭਰੋਸਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੋਂ ਟੁੱਟੇਗਾ, ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲੂਗਾ ਤੁਹਾਨੂੰ ਲੱਗਦਾ?
ਦੇਖੋ ਗੱਲ ਇਹ ਕਿ ਭਰੋਸੇ ਜਾਂ ਬੇਭਰੋਸੇ ਦੀ ਨਹੀਂ ਹੁੰਦੀ, ਇਹ ਪਾਰਟੀਆਂ ਦੇ ਵਿੱਚ ਆਮ ਤੌਰ ਤੇ ਚੱਲਦਾ ਰਹਿੰਦਾ ਹੈ। ਔਰ ਰਿੰਕੂ ਪਰਸਨਲ ਤੌਰ ਤੇ ਮੰਨਦੇ ਆ ਕਿ ਉਹਨਾਂ ਦਾ ਪਰਸਨਲ ਜਿਹੜਾ ਵੋਟ ਬੈਂਕ ਹੈ ਉਸ ਨੇ ਵੀ ਇਹ ਜਿੱਤ ਦਵਾਉਣ ਦੇ ਵਿੱਚ ਵੱਡਾ ਇੱਕ ਰੋਲ ਅਦਾ ਕੀਤਾ ਸੀ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਾਣੀ ਉੱਥੇ ਜਿਸ ਤਰ੍ਹਾਂ ਦੇ ਨਾਲ ਪ੍ਰਚਾਰ ਕੀਤਾ ਗਿਆ ਉਹਨਾਂ ਦੇ ਵੱਲੋਂ, ਔਰ ਉਹ ਵੋਟ ਬੈਂਕ ਆਇਆ। ਔਰ ਇੱਥੇ ਰਿੰਕੂ ਵੀ ਇਹ ਗੱਲ ਦਾ ਦਾਅਵਾ ਕਰਦੇ ਕਿ ਉਹਨਾਂ ਦਾ ਪਰਸਨਲ ਵੋਟ ਬੈਂਕ ਬਹੁਤ ਵੱਡਾ ਸੀਗਾ। ਹੁਣ ਜਿਹੜਾ ਪਰਸਨਲ ਵੋਟ ਬੈਂਕ ਦੀ ਗੱਲ ਹੈ ਉਹ ਪਰਸਨਲ ਵੋਟ ਬੈਂਕ ਜ਼ਾਹਿਰ ਜੀ ਗੱਲ ਹੈ ਕਿ ਰਿੰਕੂ ਹੋਰਾਂ ਦੇ ਨਾਲ ਹੀ ਜਾਏਗਾ, ਔਰ ਜੇਕਰ 100% ਨਹੀਂ ਤਾਂ ਘੱਟੋ ਘੱਟ 70% ਮੰਨ ਕੇ ਚੱਲੋ ਕਿ ਉਹ ਉਹਨਾਂ ਦਾ ਪਰਸਨਲ ਵੋਟ ਬੈਂਕ ਉੱਧਰ ਹੀ ਜਾਏਗਾ, ਤਾਂ ਆਮ ਆਦਮੀ ਪਾਰਟੀ ਨੂੰ ਸਿੱਧੇ ਤੌਰ ਤੇ ਨੁਕਸਾਨ ਹੋਏਗਾ। ਔਰ ਜੇਕਰ ਤਿੰਨ ਹੋਰਾਂ ਦੀ ਗੱਲ ਕਰੀਏ, ਤਿੰਨੂ ਹੋਰਾਂ ਦਾ ਜਿਹੜਾ ਪਰਸਨਲ ਵੋਟ ਬੈਂਕ ਹੈ 70% ਉਹ ਵੀ ਆਪਣਾ ਜਿਹੜਾ ਹੈ ਉਹ ਮੰਨ ਕੇ ਚੱਲੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਲੈ ਕੇ ਆ ਗਿਆ। ਪਰ ਗੱਲ ਲੋਕਾਂ ਤੱਕ ਵੀ ਇਹ ਗੱਲ ਜ਼ਰੂਰ, ਜਿਵੇਂ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਸੀ, ਪਹੁੰਚਦੀ ਹੈ ਕਿ ਕਿਸ ਦਾ ਮਕਸਦ, ਕਿਸ ਚੀਜ਼ ਵਾਸਤੇ ਉਹਨੇ ਪਾਰਟੀ ਛੱਡੀ, ਕਿਉਂ ਆ, ਔਰ ਅਗਲੀ ਪਾਰਟੀ ਦੇ ਵਿੱਚ ਜਾ ਕੇ ਕਰਨਾ ਕੀ ਹੈ। ਲੋਕਾਂ ਨੂੰ ਇਹਨਾਂ ਗੱਲਾਂ ਦੀਆਂ ਸਮਝ ਵੀ ਜ਼ਰੂਰ ਜਿਹੜੀ ਆ ਆਈ ਆ, ਲੋਕ ਉਸੇ ਦੇ ਆਧਾਰ ਤੇ ਹੀ ਆਪਣਾ ਫੈਸਲਾ ਕਰਦੇ ਆ। ਸ਼ੁਕਰੀਆ ਰਵੀ ਜਾਣਕਾਰੀ ਸਾਂਝੀ ਕਰਨ ਲਈ। ਤਾਂ ਇਹ ਸਨ ਸਾਡੇ ਸਹਿਯੋਗੀ ਰਵੀ ਸੰਗਰਾਹੂਰ, ਜਿਨ੍ਹਾਂ ਨੇ ਉੱਥੋਂ ਦੇ ਸਿਆਸੀ ਸਮੀਕਰਨਾਂ ਬਾਰੇ, ਉੱਥੋਂ ਦੀ ਸਿਆਸਤ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ। ਦੱਸਦੀਏ ਕਿ ਜਲੰਧਰ ਦੇ ਵਿੱਚ ਇਸ ਵੇਲੇ ਕਈ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ, ਜਿਨ੍ਹਾਂ ਵਿੱਚ ਸਭ ਤੋਂ ਵੱਧ ਚਰਚਾ ਦੇ ਵਿੱਚ ਜਿਹੜੇ ਉਮੀਦਵਾਰ ਨੇ ਉਹਨੇ ਸੁਸ਼ੀਲ ਕੁਮਾਰ ਰਿੰਕੂ, ਜੋ ਬੀਜੇਪੀ ਵਿੱਚ ਨੇ, ਆਮ ਆਦਮੀ ਪਾਰਟੀ ਛੱਡ ਕੇ ਗਏ, ਉਸ ਤੋਂ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ ਸੀ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪਵਨ ਕੁਮਾਰ ਟੀ ਨੂੰ ਵੀ ਚਰਚਾ ਦਾ ਵਿਸ਼ਾ ਨੇ, ਕਿਉਂਕਿ ਉਹ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਅਤੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣੇ। ਤਾਂ ਜੇਕਰ ਨਾਲ ਦੀ ਨਾਲ ਇੱਕ ਹੋਰ ਉਮੀਦਵਾਰ ਦੀ ਮੈਂ ਗੱਲ ਕਰਾਂ ਤਾਂ ਮਹਿੰਦਰ ਕੇਪੀ, ਜੋ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਆਏ ਅਤੇ ਅਕਾਲੀ ਦਲ ਦੇ ਉਮੀਦਵਾਰ ਬਣ ਕੇ ਲੋਕ ਸਭਾ ਹਲਕਾ ਜਲੰਧਰ ਤੋਂ। ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ, ਉਹ ਚੋਣ ਮੈਦਾਨ ਦੇ ਵਿੱਚ ਨੇ, ਹਾਲਾਂਕਿ ਉਹ ਕਿਸੇ ਪਾਰਟੀ ਨੂੰ ਛੱਡ ਕੇ ਤਾਂ ਨਹੀਂ ਆਏ, ਕਾਂਗਰਸ ਵਿੱਚ ਹੀ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਇੱਥੇ ਕਾਂਗਰਸ ਵਿੱਚ ਵਿਚਰਦਿਆਂ ਨੂੰ। ਉਹ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ, ਉਹ ਵੀ ਚੋਣ ਮੈਦਾਨ ਵਿੱਚ ਨੇ। ਚਰਚਾਵਾਂ ਇਹ ਵੀ ਨੇ ਕਿ ਚਰਨਜੀਤ ਸਿੰਘ ਚੰਨੀ ਐਤਕੀ ਇੱਥੇ ਮਜ਼ਬੂਤ ਦਾਅਵੇਦਾਰੀ ਹੈ ਜਿਹੜੀ ਉਹ ਪੇਸ਼ ਜ਼ਰੂਰ ਕਰ ਸਕਦੇ ਨੇ, ਹਾਲਾਂਕਿ ਇਹ ਤਾਂ ਚੋਣ ਨਤੀਜੇ ਹੀ ਦੱਸਣਗੇ ਕਿ ਕਿਹੜਾ ਉਮੀਦਵਾਰ ਜਿੱਤੇਗਾ, ਕੌਣ ਦੂਜੇ ਨੰਬਰ ਤੇ ਆਵੇਗਾ, ਕਿਹੜਾ ਤੀਜੇ ਤੇ ਕਿਹੜਾ ਚੌਥੇ ਤੇ। ਪਰ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਡ੍ਰੌਪ ਕਰਕੇ ਜ਼ਰੂਰ ਸਾਡੇ ਨਾਲ ਰਾਏ ਸਾਂਝੀ ਕਰੋ ਕਿ ਜਲੰਧਰ ਲੋਕ ਸਭਾ ਹਲਕੇ 'ਚੋਂ ਕੌਣ ਜਿੱਤ ਸਕਦਾ, ਕਿਹੜਾ ਉਮੀਦਵਾਰ ਤੁਹਾਨੂੰ ਸਹੀ ਲੱਗਦਾ, ਜਾਂ ਕਿਹੜਾ ਉਮੀਦਵਾਰ ਤੋਂ ਤੁਹਾਨੂੰ ਬਹੁਤ ਜਿਹੜੀਆਂ ਨੇ ਆਸਾਂ ਹੁੰਦੀਆਂ ਨੇ, ਕਿਹੜੇ ਉਮੀਦਵਾਰ ਤੋਂ ਤੁਹਾਨੂੰ ਆਸਾਂ ਨੇ, ਕਿਹੜਾ ਉਮੀਦਵਾਰ ਇੱਥੋਂ ਜਿੱਤ ਪ੍ਰਾਪਤ ਕਰਨ ਦੇ ਕਾਬਲ ਹੈ, ਉਹ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ।